जलालाबाद दे विच चोरां ते नत्थ पाउण दे लई पुलिस हर संभव कोशिश कर रही है ते हुण जलालाबाद पुलिस ने एक चोर गिरोह दे चार मैंबरां नूं काबू करके छे मैंबरां दे विरुद्ध परचा दर्ज कीता है। पुलिस वालों गिरफ्तार किए गए चोरों की निशानदेही से 14 मोटरसाइकिल, एक एक्टिवा ते 2 बुलेट बरामद करने च बड़ी सफलता भी हासिल की है। इस मामले के संबंध में जिला फजिलका दे SSP अवनीत कौर सिद्धू ने दस्या है कि DSP दफ्तर जलालाबाद विखे उन्होंने जानकारी मीडिया नाल सांझा की ते कहा कि पुलिस नूं मुखबिर खास तो इतला मिली सी, जिस तों बाद उन्होंने कार्रवाई की ਤੇ ਇਹਨਾਂ ਆਰੋਪੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ। 6 ਦੋਸ਼ੀ ਜਿਹੜੇ ਫੜੇ ਗਏ ਔਰ ਇਸ ਗੈਂਗ ਦੀ ਮੋਟਰ ਸਪਰਿੰਡੀ ਇਹੀ ਹੁੰਦੀ ਸੀ ਵੀ ਇਹ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਸੀ। ਕਈ ਵਾਰੀ ਇਹ ਭੋਲੇ ਭਾਲੇ ਲੋਕਾਂ ਨੂੰ ਵੀ ਵਿੱਚ ਮੋਟਰਸਾਈਕਲ ਵੇਚ ਦਿੰਦੇ ਸੀ, ਜਿਹਨਾਂ ਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਇਹ ਚੋਰੀ ਦਾ ਮੋਟਰਸਾਈਕਲ ਹੈ। ਪਰ ਕੁਛ ਲੋਕ ਵਿੱਚ ਐਵੇਂ ਦੇ ਵੀ ਸੀ ਜੋ ਇਸ ਬਾਰੇ ਜਾਣੂ ਸੀ ਵੀ ਇਹ ਚੋਰੀ ਦਾ ਮੋਟਰਸਾਈਕਲ ਉਹਨਾਂ ਤੋਂ ਖਰੀਦਿਆ ਜਾ ਰਿਹਾ, ਸੋ ਉਹਨਾਂ ਨੂੰ ਵੀ ਅਸੀਂ ਵਿੱਚ ਨੋਮੀਨੇਟ। ਸੋ ਇਹਨਾਂ ਵਿੱਚੋਂ ਦੀ ਜਿਹੜੇ ਅਵਤਾਰ ਸਿੰਘ ਤੇ ਗੁਰਪ੍ਰੀਤ ਸਿੰਘ ਹੈ, ਇਹਨਾਂ ਤੇ ਪਹਿਲਾਂ ਵੀ 14 ਤੇ 7 ਮੁਕੱਦਮੇ ਜਿਹੜੇ ਚੋਰੀ ਦੀਆਂ ਧਾਰਾਵਾਂ ਹੇਠ ਦਰਜ ਹੋ ਚੁੱਕੇ ਹੈ। ਸੋ ਜਲਾਲਾਬਾਦ ਪੁਲਿਸ ਨੇ ਬਹੁਤ ਮਿਹਨਤ ਕੀਤੀ ਹੈ ਜੀ, ਔਰ ਇਹਨਾਂ ਦੀ ਪੁੱਛਗਿੱਛ ਵਿੱਚ ਜਿਹੜੇ ਹੈਗੇ ਹੈ ਇਹ ਹੋਰ ਵੀ ਦੋਸ਼ੀ ਨੋਮੀਨੇਟ ਕੀਤੇ ਗਏ ਹੈ। ਸੋ ਟੋਟਲ ਇਹਦੇ ਵਿੱਚ 14 ਮੋਟਰਸਾਈਕਲ, ਇੱਕ ਐਕਟਿਵਾ ਔਰ 2 ਬੁਲੇਟ ਜਿਹੜੇ ਹੈ ਉਹਨਾਂ ਦੀ ਰਿਕਵਰੀ ਕੀਤੀ ਗਈ ਹੈ। ਪੂਰੇ 1 ਮਹੀਨੇ ਵਿੱਚ ਜਲਾਲਾਬਾਦ ਪੁਲਿਸ ਵੱਲੋਂ 6 ਮੁਕੱਦਮੇ ਟਰੇਸ ਕੀਤੇ ਗਏ ਹੈ ਚੋਰੀ ਦੇ, ਜਿਹਦੇ ਵਿੱਚ ਕਿ 20 ਦੋਸ਼ੀ ਗ੍ਰਿਫਤਾਰ ਕੀਤੇ ਗਏ ਹੈ। ਉਹਦੇ ਵਿੱਚ 21 ਮੋਟਰਸਾਈਕਲ, 1 ਐਕਟਿਵਾ, 8 ਮੋਬਾਈਲ, 1 ਪਿਸਤੌਲ, 1 ਰੌਂਦ, 315 ਬੋਰ ਔਰ 1,58,000 ਰੁਪਏ ਦੀ ਰਿਕਵਰੀ ਹੋਈ ਹੈ। ਦੱਸ ਦਈਏ ਕਿ ਚੋਰ ਜਿੱਥੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਲਗਾਤਾਰ ਹੁਣ ਪੁਲਿਸ ਵੀ ਪੂਰੀ ਚੌਕਸੀ ਦੇ ਨਾਲ ਇਹਨਾਂ ਨੂੰ ਗ੍ਰਿਫਤ ਦੇ ਵਿੱਚ ਲੈਣ ਦੇ ਲਈ ਹਰ ਥਾਂ ਛਾਪੇਮਾਰੀ ਕਰ ਰਹੀ ਹੈ ਤੇ ਹੁਣ ਜਲਾਲਾਬਾਦ ਦੀ ਪੁਲਿਸ ਨੇ ਇੱਕ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ 6 ਮੈਂਬਰਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਹੈ। ਜਗਬਾਣੀ TV ਲਈ ਜਲਾਲਾਬਾਦ ਤੋਂ ਟਿੰਕੂ ਨਿਖੰਜ ਦੀ ਰਿਪੋਰਟ।